ਉਹ ਤੈਨੂੰ ਕੀ ਕਹਿੰਦਾ ਵੀ ਮੈਂ ਤੈਨੂੰ ਵਿਆਹ ਕਰਾਉਣਾ? ਹਾਂ ਮੈਂ ਵੀ ਆਖਾ ਸੀ ਦੋਨੇ ਵਾਲੇ, ਸਾਡੇ ਦੋਨਾਂ ਦੀ ਸਲਾਹ ਸੀ। ਅੱਛਾ, ਵੀ ਕੀ ਮਤਲਬ ਵੀ ਅਸੀਂ ਵਿਆਹ ਕਰਾ ਲਾਂਗੇ ਅਤੇ ਫਿਰ ਉਹ ਵੀ ਦਾਰੂ ਇਹਦੇ ਨਾਲ ਇਕੱਠਾ ਪੀਣ ਗਿਆ ਰਾਤ? ਇੰਨਾ ਮਾਮਾ ਮੈਨੂੰ ਨਹੀਂ ਪਤਾ। ਹੈਂ ਮਾਰਤਾ? ਮਾਰਿਆ ਕਿਵੇਂ ਕਹਿੰਦਾ? ਇੰਨਾ ਨਹੀਂ ਪਤਾ ਮਾਰਤਾ ਕੀ ਕਹਿੰਦਾ। ਮੈਂ ਮਾਰਤਾ ਹੈ? ਹੈਂ ਇਕੱਲੇ ਨੇ ਮਾਰਿਆ ਕਿ ਨਾਲ ਹੋਰ ਸੀ ਕੋਈ? ਇਕੱਲਾ ਹੀ ਸੀ। ਹੈਂ ਹੈਂ ਇੰਨੀ ਹੋਈ ਗੱਲ? ਕਿੰਨੀ ਮਾਰਦਾ? ਮੈਂ ਮਾਰਦਾ ਬਸ, ਇੰਨੀ ਗੱਲ ਹੋਈ। ਅੱਛਾ, ਉਹਨੇ ਜਦੋਂ ਮਾਰਨ ਲੱਗਿਆ ਵੀ ਕਿਹਾ ਵੀ ਮਾਰ ਦੇਵਾਂ ਤੇ ਤੂੰ ਕਿਹਾ ਮਾਰ ਦੇ? ਕੀ ਮਾਰਿਆ ਕੀ ਸੀ ਪਤਾ ਨਹੀਂ, ਇੰਨਾ ਨਹੀਂ ਪਤਾ ਨਹੀਂ। ਇਹ ਨਹੀਂ ਦੱਸਿਆ ਸ਼ਰਾਬ ਚ ਕੁਛ ਪਲਾਇਆ ਜੀ ਕੁਛ? ਹੈਂ ਇੱਕ ਸ਼ਾਤਰ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਆਸ਼ਿਕ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਸਾਜਿਸ਼ ਵੀ ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਘੜੀ ਗਈ। ਇਸ ਸਾਜਿਸ਼ ਨੂੰ ਅੰਜਾਮ ਵੀ ਦਿੱਤਾ ਗਿਆ ਅਤੇ ਪਤੀ ਨੂੰ ਰਸਤੇ ਚੋਂ ਹਟਾ ਦਿੱਤਾ ਗਿਆ। ਪੁਲਿਸ ਹਿਰਾਸਤ ਦੇ ਵਿੱਚ ਨਜ਼ਰ ਆ ਰਹੀ ਇਹ ਉਹੀ ਔਰਤ ਹੈ ਜਿਸਨੇ ਆਪਣੇ ਪਤੀ ਦਾ ਕਤਲ ਕੀਤਾ ਹੈ। ਉਹ ਵੀ ਆਪਣੇ ਆਸ਼ਿਕ ਦੇ ਪਿਆਰ 'ਚ ਅੰਨੀ ਹੋਈ ਨੇ, ਜਿਸਨੇ ਬਿਨਾਂ ਕੁਝ ਸੋਚੇ ਸਮਝੇ ਪਹਿਲਾਂ ਤਾਂ ਆਪਣੇ ਪਤੀ ਨੂੰ ਮਰਵਾਤਾ ਤੇ ਫਿਰ ਬਿਨਾਂ ਪੋਸਟਮਾਰਟਮ ਤੋਂ ਹੀ ਉਸਦਾ ਅੰਤਮ ਸੰਸਕਾਰ ਵੀ ਕਰਵਾਤਾ, ਜਿਸ ਕਰਕੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ। ਪਰ ਇਹ ਰਾਜ਼ ਜ਼ਿਆਦਾ ਦਿਨ ਤੱਕ ਲੁਕਿਆ ਨਹੀਂ ਰਿਹਾ ਅਤੇ ਪਰਿਵਾਰ ਦੇ ਸਾਹਮਣੇ ਸਾਰਾ ਸੱਚ ਆ ਗਿਆ। ਤਾਂ ਫਿਰ ਪੁਲਿਸ ਤੱਕ ਸ਼ਿਕਾਇਤ ਪਹੁੰਚੀ ਤੇ ਪੁਲਿਸ ਦੇ ਵੱਲੋਂ ਛਾਣਬੀਨ ਕਰਕੇ ਇਸ ਪਤਨੀ ਨੂੰ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲਾ ਫਾਜ਼ਿਲਕਾ ਦੇ ਸਰਹੱਦੀ ਪਿੰਡ ਮੁਹਾਰ ਸੋਨਾ ਦਾ ਹੈ, ਜਿੱਥੇ 4 ਤਰੀਕ ਨੂੰ ਗੁਰਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਲਾਸ਼ ਖੇਤਾਂ ਦੇ ਵਿੱਚੋਂ ਭੇਤ ਭਰੇ ਹਾਲਾਤਾਂ 'ਚ ਮਿਲੀ, ਜਿਸ ਤੋਂ ਬਾਅਦ ਪਰਿਵਾਰ ਦਾ ਤਾਂ ਰੋ ਰੋ ਕੇ ਬੁਰਾ ਹਾਲ ਸੀ। ਤਾਂ ਇੱਥੇ ਪਰਿਵਾਰ ਦੇ ਵੱਲੋਂ ਪੋਸਟਮਾਰਟਮ ਕਰਵਾਉਣ ਦੀ ਕਲ ਆਖੀ ਗਈ, ਪਰ ਇੱਥੇ ਪਤਨੀ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਬਿਨਾਂ ਪੋਸਟਮਾਰਟਮ ਕਰਵਾਏ ਹੀ ਪਤੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਪਰ ਜਲਦ ਹੀ ਇਸਦੀ ਇਸ ਸਾਜਿਸ਼ ਬੇਨਕਾਬ ਹੋ ਗਈ। ਜਦੋਂ ਪੁਲਿਸ ਨੇ ਛਾਣਬੀਨ ਸ਼ੁਰੂ ਕੀਤੀ, ਪਰਿਵਾਰ ਨੇ ਸੱਚ ਦੱਸਿਆ, ਤਾਂ ਫਿਰ ਇਹ ਸਾਹਮਣੇ ਆਇਆ ਕਿ ਇਸ ਪਤਨੀ ਨੇ ਹੀ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ। ਦੱਸਿਆ ਜਾ ਰਿਹਾ ਕਿ ਸੁਖਵਿੰਦਰ ਸਿੰਘ ਦੇ ਨਾਂ, ਜੋ ਕਿ ਇਸੇ ਪਿੰਡ ਦਾ ਰਹਿਣ ਵਾਲਾ ਸੀ, ਇੱਥੇ ਮ੍ਰਿਤਕ ਗੁਰਦੀਪ ਸਿੰਘ ਦੀ ਪਤਨੀ ਸ਼ਿਮਲਾ ਰਾਣੀ ਦੇ ਸਬੰਧ ਸਨ। ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਤੇ ਪਤੀ ਰਾਹ ਦਾ ਰੋੜਾ ਬਣਿਆ ਹੋਇਆ ਸੀ, ਜਿਸ ਨੂੰ ਹਟਾਉਣ ਦੇ ਲਈ ਪਹਿਲਾਂ ਤਾਂ ਇਸ ਪਤਨੀ ਦਾ ਆਸ਼ਿਕ ਗੁਰਦੀਪ ਸਿੰਘ ਨੂੰ ਆਪਣੇ ਘਰ ਬੁਲਾਉਂਦਾ ਹੈ, ਰੱਜ ਕੇ ਸ਼ਰਾਬ ਪਿਆਉਂਦਾ ਹੈ ਤੇ ਫਿਰ ਉਸੇ ਸ਼ਰਾਬ 'ਚ ਕੁਛ ਮਿਲਾ ਕੇ ਉਸ ਨੂੰ ਮਾਰ ਦਿੰਦਾ ਹੈ ਤੇ ਲਾਸ਼ ਨੂੰ ਉੱਥੇ ਛੱਡ ਕੇ ਫਰਾਰ ਹੋ ਜਾਂਦਾ ਹੈ। ਜਿਸ ਤੋਂ ਬਾਅਦ ਪਤਨੀ ਦੇ ਵੱਲੋਂ ਵੀ ਇਹੀ ਜ਼ਾਹਰ ਕੀਤਾ ਜਾਂਦਾ ਹੈ ਕਿ ਉਸਨੂੰ ਕੁਛ ਨਹੀਂ ਪਤਾ। ਜਦੋਂ ਗੁਰਦੀਪ ਦੀ ਲਾਸ਼ ਮਿਲਦੀ ਹੈ ਤਾਂ ਪਰਿਵਾਰ ਰੋ ਰੋ ਬੇਹਾਲ ਹੋ ਜਾਂਦਾ ਹੈ, ਪਰ ਕਿਸੇ ਨੂੰ ਵੀ ਸੱਚ ਪਤਾ ਨਹੀਂ ਹੁੰਦਾ। ਪਤਨੀ ਦੇ ਵੱਲੋਂ ਪੋਸਟਮਾਰਟਮ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਮ੍ਰਿਤਕ ਗੁਰਦੀਪ ਦਾ ਅੰਤਮ ਸੰਸਕਾਰ ਬਿਨਾਂ ਪੋਸਟਮਾਰਟਮ ਹੀ ਕਰ ਦਿੱਤਾ ਜਾਂਦਾ ਹੈ। ਪਰ ਜਲਦ ਹੀ ਜਦੋਂ ਪਰਿਵਾਰ ਦੇ ਸਾਹਮਣੇ ਸਾਰਾ ਸੱਚ ਆਇਆ, ਉਹਨਾਂ ਨੂੰ ਇਹ ਪਤਾ ਲੱਗਿਆ ਕਿ ਪਤਨੀ ਨੇ ਹੀ ਉਹਨਾਂ ਦੇ ਪੁੱਤ ਨੂੰ ਮਾਰਿਆ ਹੈ, ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਫਿਰ ਪੁਲਿਸ ਦੇ ਵੱਲੋਂ ਛਾਣਬੀਨ ਸ਼ੁਰੂ ਕੀਤੀ ਗਈ, ਜਿੱਥੇ ਇਹ ਸਾਹਮਣੇ ਆਇਆ ਕਿ ਇਸ ਪਤਨੀ ਨੇ ਹੀ ਆਪਣੇ ਆਸ਼ਿਕ ਨਾਲ ਮਿਲ ਕੇ ਪਤੀ ਨੂੰ ਮਾਰਿਆ। ਪੁਲਿਸ ਦੇ ਵੱਲੋਂ ਇਸ ਪਤਨੀ ਨੂੰ ਤੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸਾਨੂੰ ਅਚਾਨਕ ਉੱਥੇ ਪੌਣੇ ਕੁ 6 ਵਜੇ ਮੈਂ ਘਰੋਂ ਮੋਟਰ ਬੰਦ ਕਰਨ ਗਿਆ ਸੀਗਾ ਬਾਰਡਰ ਵੱਲ ਮਾਰਸਨਾ ਚੌਕੀ ਵੱਲ। ਵਾਪਸੀ ਆ ਰਿਹਾ ਸੀ, ਮੈਨੂੰ ਕਿਸੇ ਦੱਸਿਆ ਵੀ ਪਿੰਡ ਦੇ ਵਿੱਚ ਆਹ ਵਾਕਿਆ ਹੋ ਗਿਆ ਇਸ ਤਰ੍ਹਾਂ। ਅਸੀਂ ਉੱਥੇ ਮੌਕੇ 'ਤੇ ਪਹੁੰਚੇ ਤੇ ਜਿਹੜੇ ਗੱਲ ਦਾ ਪਤਾ ਲੱਗਿਆ ਵੀ ਉਹ ਜਿਹੜਾ ਖੇਤ ਵਾਲਾ ਸੀ ਉਹਦਾ ਨੌਕਰ ਆਇਆ ਸੀ ਪਾਣੀ ਲਾਉਣ, ਉਹਨੂੰ ਲੱਗਿਆ ਜਿਵੇਂ ਕਿ ਝੋਨਾ ਮੱਧਿਆ ਤਾਂ ਕੋਈ ਕੁੱਤੇ ਕੱਤੇ ਬੈਠੇ ਤਾਂ ਉਹਨੇ ਕਹਿੰਦਾ ਮੈਂ 2 ਡਿੱਲ ਮਾਰੇ ਆ 3, ਕੁਛ ਹਲ ਚਲ ਨਹੀਂ ਹੋਈ। ਜਦੋਂ ਮੈਂ ਮਾੜਾ ਵੇਖਿਆ ਗੌਰ ਨਾਲ ਤਾਂ ਵਿੱਚ ਬੰਦਾ ਡਿੱਗਿਆ ਪਿਆ ਸੀ। ਉਹਨੇ ਫਿਰ ਸਾਡੇ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਦੱਸਿਆ, ਉਹਨਾਂ ਫਿਰ ਪਿੰਡ ਤਲਾਹ ਕੀਤੀ ਸਰਪੰਚ ਨੂੰ, ਘਰ ਪਤਾ ਲੱਗਿਆ ਗਏ ਜਿਵੇਂ ਅਸੀਂ ਪਹੁੰਚ ਗਏ ਸੀ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਜਾ ਕੇ ਵੇਖਿਆ ਤਾਂ ਸਾਨੂੰ ਲੱਗਿਆ ਵੀ ਬੰਦਾ ਕਤਲ ਕੀਤਾ ਗਿਆ।
ਲੇਕਿਨ ਜਦੋਂ ਘਰ ਦੇ ਪਰਿਵਾਰ ਨੂੰ ਇਹਨਾਂ ਦੇ ਭਰਾਵਾਂ ਨੂੰ ਜਾਂ ਇਹਦੇ ਵਾਈਫ ਨੂੰ ਪੁੱਛਿਆ, ਉਹ ਕਹਿੰਦੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ। ਪਰ ਸਾਨੂੰ ਡਾਊਟ ਸੀਗਾ, ਅਸੀਂ ਪੁਲਿਸ ਨੂੰ ਵੀ ਕਿਹਾ ਵੀ ਸਾਨੂੰ ਡਾਊਟ ਹੈ, ਅਤੇ ਕਹਿੰਦੇ ਕੋਈ ਕਾਰਵਾਈ ਨਹੀਂ। ਜਦੋਂ ਘਰ ਲੈ ਕੇ ਗਏ ਉਦੋਂ ਫਿਰ ਹੌਲੇ ਹੌਲੇ ਗੱਲਾਂ ਥੋੜ੍ਹੀ ਥੋੜ੍ਹੀ ਬਾਹਰ ਆਉਣ ਲੱਗੀਆਂ, ਉਧਰੋਂ ਲਾਸ਼ ਖਰਾਬ ਹੋਣ ਲੱਗੀ। ਸਵੇਰੇ 7 ਵਜੇ ਦੇ ਕਰੀਬ ਅਲਾਊਸਮੈਂਟ ਹੋ ਗਈ, 10 ਵਜੇ ਦਾ ਟਾਈਮ ਸੀਗਾ ਸੰਸਕਾਰ ਦਾ, 7 ਵਜੇ ਅਲਾਊਸਮੈਂਟ ਹੋ ਗਈ ਵੀ ਸੰਸਕਾਰ ਕਰਨਾ। ਜਦੋਂ ਸੰਸਕਾਰ ਤੋਂ ਬਾਅਦ ਆਏ ਵਾਪਸੀ, ਤਾਂ ਮਾੜਾ ਮੋਟਾ ਜਿਵੇਂ ਕਿ ਇਹਨੂੰ ਸ਼ੱਕ ਹੋਇਆ, ਕਿਸੇ ਨੇ ਪੁੱਛਿਆ, ਜਨਾਨੀ ਨੇ ਦੱਸਤਾ ਇਸ ਤਰ੍ਹਾਂ ਮੈਂ ਮਰਵਾਇਆ, ਮੈਂ ਤਾਂ ਫਲਾਣੇ ਬੰਦੇ ਨਾਲ ਜਾਣਾ, ਉਹ ਗੁਆਂਢ ਨਾਲ ਹੀ ਕਰੇਗਾ ਇਹਨਾਂ ਦਾ। ਇੱਥੋਂ ਆ ਕੇ ਕਲੀਅਰ ਹੋਣ ਲੱਗ ਗਿਆ ਕਿ ਇਹ ਬੰਦਾ ਇਸ ਤਰ੍ਹਾਂ ਮਰਿਆ। ਫਿਰ ਅਸੀਂ ਜਿਹੜਾ ਲਿਖ ਕੇ ਦਿੱਤਾ ਸੀਗਾ ਉਹਦੀ ਬਜਾਏ ਵੀ ਅਸੀਂ ਕਿਹਾ ਵੀ ਨਹੀਂ ਅਸੀਂ ਕਾਰਵਾਈ ਕਰਾਂਗੇ। ਜਦੋਂ ਪਹਿਲੇ ਤਾਂ ਨਹੀਂ ਕਿਸੇ ਨਾਲ ਇਹਨਾਂ ਦੀ ਦੁਸ਼ਮਣੀ ਸੀ, ਗਰੀਬ ਕਰੇਗਾ, ਦਿਹਾੜੀ ਕਰਦਾ ਸੀ ਬੰਦਾ, ਵਧੀਆ ਆਪਦੀ ਰੋਟੀ ਚਲਾ ਰਿਹਾ ਸੀ। ਲੇਕਿਨ ਜਦੋਂ ਇਹਨਾਂ ਗਲਤ ਕੰਮ ਕੀਤਾ, ਬਹੁਤ ਮਾੜਾ ਹੋਇਆ ਇਸ ਮੁੰਡੇ ਨਾਲ, ਚਲੋ ਪਰਿਵਾਰ ਤਾਂ ਜਿਹੜੀ ਗਲਤੀ ਕੀਤੀ ਇਹਦੀ ਸਜ਼ਾ ਤਾਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਲੇਕਿਨ ਉਹ ਜਿਹੜਾ ਮੁੰਡਾ ਮਰਿਆ ਉਹਦੇ ਨਾਲ ਬਹੁਤ ਗਲਤ ਹੋਇਆ, ਉਹਦਾ ਇਨਸਾਫ਼ ਉਹਨੂੰ ਪੂਰਾ ਮਿਲਣਾ ਚਾਹੀਦਾ ਅਤੇ ਇਹਨਾਂ 'ਤੇ ਪੂਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਕਿੰਨੇ ਬੱਚੇ ਨੇ ਜਿਹੜੇ? ਇਹਦੇ 3 ਬੱਚੇ ਆ, 2 ਗੁੜੀਆਂ, 1 ਮੁੰਡਾ। ਬਿਲਕੁਲ ਜੀ, ਬਹੁਤ ਘਟਨਾ, ਮਾੜੀ ਘਟਨਾ ਵਾਪਰੀ ਹੈ ਸਾਡੇ ਇਲਾਕੇ ਦੇ ਵਿੱਚ ਪਹਿਲੀ ਵਾਰ। ਮੇਰੀ 42 ਸਾਲ ਉਮਰ ਹੋ ਚੱਲੀ ਹੈ ਤੇ 42 ਸਾਲਾਂ ਦੇ ਵਿੱਚ ਪਹਿਲੀ ਵਾਰ ਇਹੋ ਜਿਹਾ ਵਾਕਿਆ ਹੋਇਆ ਤੇ ਇਹਨੂੰ ਨੱਥ ਪੈਣੀ ਚਾਹੀਦੀ ਹੈ। ਜਿਹੜੀ ਪੰਜਾਬ ਸਰਕਾਰ ਜਾਂ SHO ਸਾਹਿਬ ਜਾਂ SSP ਪੂਰੀ ਠੋਕ ਕੇ ਕਾਰਵਾਈ ਕਰਨ ਇਹਨਾਂ ਤੇ, ਇਹੋ ਜਿਹੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਹੋਵੇ। ਇਹ ਆਸ਼ਿਕ ਸੀਗਾ ਜੀ, ਹੁਣ ਤਾਂ ਸਾਹਮਣੇ ਆ ਗਿਆ ਜੀ, ਸਾਰਿਆਂ ਦੇ ਸਾਡੇ ਦੱਸਣ ਦੀ ਤਾਂ ਲੋੜ ਹੀ ਨਹੀਂ ਸਰ। ਮਤਲਬ ਸਾਰਿਆਂ ਦਾ ਪ੍ਰੇਮ ਸਬੰਧ ਚੱਲਦਾ ਸੀ ਪਹਿਲਾਂ ਤੋਂ, ਪਿੰਡ 'ਚ ਨਹੀਂ ਪਤਾ ਸੀ ਇੰਨੇ ਕੁ, ਮਤਲਬ ਹੈਗੇ ਸੀ ਬੋਲੇ ਪਾਲੇ ਕੇ, ਕੁਛ ਕਰ ਨਹੀਂ ਸਕਦੇ। ਇਹ ਤਾਂ ਜਦੋਂ ਮੁੰਡੇ ਦਾ ਪਤਾ ਲੱਗਾ ਸ਼ਾਮ ਨੂੰ ਕਿ ਮਰਿਆ ਪਿਆ, ਕਿਸੇ ਨੇ ਵੇਖਿਆ ਸ਼ਰਾਬ ਪਵਾ ਕੇ ਮਾਰਿਆ ਇਹਨਾਂ, ਜਦੋਂ ਪੁੱਛ ਪੜਤਾਲ ਕੀਤੀ ਚੱਕ ਕੇ ਲਿਆਂਦਾ, ਫਿਰ ਉਹ ਲੇਡੀ ਕਹਿ ਰਹੀ ਸੀ ਮੈਂ ਪੋਸਟਮਾਰਟਮ ਨਹੀਂ ਕਰਾਉਣਾ, ਮੈਂ ਕੁਛ ਨਹੀਂ ਕਾਰਵਾਈ ਕਰਨੀ, ਮੈਂ ਗਰੀਬ ਹਾਂ, ਇਹ ਉਹ ਨੇ ਸਾਰੀ ਪੰਚਾਇਤ ਨੂੰ ਹੀ ਗੁੰਮਰਾਹ ਕਰ ਲਿਆ, ਪੰਚਾਇਤ ਮਗਰ ਲੱਗ ਗਈ, ਪੁਲਿਸ ਵਿਚਾਰੀ ਵੀ ਗੁੰਮਰਾਹ ਹੋ ਗਈ, ਪੋਸਟਮਾਰਟਮ ਨਹੀਂ ਹੋਇਆ। ਅਤੇ ਦੂਜੇ ਦਿਨ ਜਦੋਂ ਪੁੱਛ ਪੜਤਾਲ ਕੀਤੀ ਪਤਾ ਲੱਗਿਆ ਕਿ ਸ਼ੱਕੀ ਮਾਮਲਾ ਲੱਗਦਾ ਸਾਨੂੰ, ਸ਼ੱਕ ਵਿੱਚ ਆਇਆ, ਪੁੱਛ ਪੜਤਾਲ ਕੀਤੀ ਤਾਂ ਉਹ ਕਹਿੰਦੀ ਅਸੀਂ ਆਪ ਹੀ ਮਾਰਿਆ, ਅਸੀਂ ਸ਼ਾਦੀ ਕਰਵਾਉਣਾ ਚਾਹੁੰਦੇ ਤੁਹਾਨੂੰ। ਅਤੇ ਸੰਸਕਾਰ ਹੋ ਗਿਆ ਸੀ? ਸੰਸਕਾਰ ਹੋਣ ਤੋਂ ਦੂਜੇ ਉਸੇ ਦਿਨ ਪਤਾ ਲੱਗਿਆ ਸ਼ਾਮ ਨੂੰ। ਲਾਸ਼ ਸਾਨੂੰ ਪਿੰਡ ਤੋਂ ਕੋਈ ਅੱਧਾ 1 ਕਿਲੋਮੀਟਰ ਦੂਰ ਮਿਲੀ ਹੈ, ਝੋਨੇ 'ਚੋਂ ਰੋਡ ਦੇ ਉੱਤੇ ਸਿੱਟੇ ਪਏ ਸੀ, ਉਹ ਵੀ ਕੋਈ ਪਾਣੀ ਲਾਉਣ ਗਿਆ, ਝੋਨੇ ਨੂੰ ਉਹਨੇ ਵੇਖਿਆ। ਉਦੋਂ ਕਹਿ ਰਹੀ ਸੀ ਮੈਨੂੰ ਇਸ ਬਾਰੇ ਨਹੀਂ ਪਤਾ ਹੈਗਾ, ਦੂਜੇ ਨੇ ਮੰਨੀ ਸੰਸਕਾਰ ਹੋਣ ਤੋਂ ਬਾਅਦ ਕਹਿੰਦੀ ਮੈਂ ਖੁਦ ਮਰਵਾਇਆ। ਨਾਲ ਕੌਣ ਸੀ ਕਹਿੰਦੇ, ਨਾਲ ਮਾਰਨ ਵਾਲਾ ਕੌਣ ਸੀ? ਇਹਦੇ ਨਾਲ ਮੁੰਡਾ ਦਾਸ਼ਕ ਹੈਗਾ, ਸੋਨਾ ਸਿੰਘ। ਦੂਜੇ ਪਿੰਡ ਆ ਕੇ ਦੱਸਿਆ ਕਿ ਦੂਡਾ ਬੰਦਾ ਮਰਿਆ ਇਸ ਤਰ੍ਹਾਂ, ਮੰਗ ਇਨਸਾਫ਼ ਦੇ, ਗਰੀਬ ਨੇ ਇਨਸਾਫ਼ ਕੀਤਾ, ਬੱਚੇ ਛੋਟੇ ਛੋਟੇ ਹੈਗੇ ਨੇ, ਹੋਰ ਕਾਰਵਾਈ ਚਾਹੀਦੀ। ਪਰ ਉਹ ਪੰਚਾਇਤ ਚਲੋ ਮਾਫ਼ੀ ਨਾਮੇ ਛੱਡ ਦਿੰਦੀ ਸੀ ਬੰਦੇ ਨੂੰ। ਕਿਸ ਤਰ੍ਹਾਂ ਦੀ ਵਾਰਦਾਤ ਸੀ? ਬਸ ਇਹ ਧੱਕੇ ਨਾਲ ਕਿਸੇ ਨਾਲ ਧੱਕਾ ਕਰਨਾ, ਚੋਰੀ ਕਰਨੀ ਹਰ ਕੰਮ ਵਿੱਚ। ਇਹ ਜਿਹੜਾ ਮੁੰਡਾ ਸੀਗਾ, ਇਹ ਇਹਦੇ ਪਰਿਵਾਰ ਦੇ ਨਾਲ ਕੀ ਰਿਲੇਸ਼ਨ ਸੀਗਾ, ਕੋਈ ਪਰਿਵਾਰ ਵਿੱਚ ਆਣਾ ਜਾਣਾ ਸੀਗਾ ਜਾਂ ਗੁਆਂਢ ਗੁੰਢੇ ਸੀ? ਥੋੜਾ ਗੁਆਂਢ ਹੈਗਾ ਸੀ ਸਰ, ਨਾਣ ਜਾਣ ਨਹੀਂ ਹੈਗਾ ਸੀ, ਹਾਂ ਤਾਂ ਵੇਲੇ ਵੇਲੇ ਸੀ, ਪਤਾ ਨਹੀਂ ਲੱਗਿਆ ਕਿਸੇ ਨੂੰ। ਕੋਈ ਦੱਸਿਆ ਗੱਲਬਾਤ ਕਿਵੇਂ ਹੋਈ ਇਹਨਾਂ ਦੀ? ਨਹੀਂ ਨਹੀਂ ਦੱਸਿਆ ਜੀ, ਇਹ ਤਾਂ ਹੁਣ ਪੁਲਿਸ ਕਰ ਰਹੀ ਪੈਰਵਾਈ, ਕੀ ਪਤਾ ਲੱਗਦਾ। ਸਾਨੂੰ ਪਤਾ ਨਹੀਂ ਸੀ ਵੀ ਕੀ ਚੱਲ ਰਹੀ ਹੈ ਕੀ ਨਹੀਂ ਚੱਲ ਰਹੀ ਹੈ,
ਸਾਨੂੰ ਦੂਜੇ ਦਿਨ ਪਤਾ ਲੱਗਿਆ ਸ਼ਾਮ ਨੂੰ 7 ਵਜੇ ਅਸੀਂ ਕੰਮ ਤੋਂ ਆਏ ਸੀ ਤੇ ਘਰੇ ਆਏ ਤੇ ਅੱਗੂ ਵੇਖਿਆ ਤਾਂ ਮਰਡਰ ਹੋਇਆ ਪਿਆ ਸਾਨੂੰ ਇੱਥੋਂ ਪਤਾ ਲੱਗ ਗਿਆ ਅਸੀਂ ਉੱਧਰ ਗਏ ਫਿਰ ਉੱਥੇ ਮਰਿਆ ਪਿਆ ਉਹ ਜਾ ਕੇ ਘਰੇ ਲੈ ਗਏ ਫਿਰ ਰੱਖਿਆ ਰਾਤ ਫਿਰ ਸਕਾਰ ਦੂਜੇ ਦਿਨ ਕੀਤਾ ਸੀ ਉਹ ਤੋਂ ਬਾਅਦ ਪੋਲ ਪੈਦਾ ਭੱਜ ਗਿਆ ਮਾਰਨ ਵਾਲੇ ਬੰਦੇ ਲੱਭ ਗਏ ਹੌਲੇ ਹੌਲੇ ਸਾਰੇ ਹੀ ਹੋ ਗਏ ਆਪ ਹੀ ਮੰਨ ਗਈ ਉਹ ਤੋਂ ਬਾਅਦ ਵੀ ਮੈਂ ਮਰਵਾਇਆ ਕੀ ਕਹਾਣੀ ਕੀ ਸੀਗੀ ਮਗਰ ਉਹਦੇ ਮਾਰਨ ਦੇ ਪਿੱਛੇ ਕਹਾਣੀ ਕੀ ਸੀ ਕਹਾਣੀ ਸੀ ਕਿੰਨੇ ਟਾਈਮ ਤੋਂ ਚੱਲ ਰਹੀ ਸੀ ਰਿਲੇਸ਼ਨ ਕਤਲ ਕੀਤਾ ਸੀ ਕੋਈ ਯਾਰ ਦਿੱਤੀ ਗਈ ਹੈ ਇੱਥੇ ਸੰਸ ਦੀ ਸੱਟ ਲੱਗੀ ਹੋਈ ਸੀ ਗਰਮ ਸੰਸ ਲੱਗੀ ਹੋਈ ਸੀ ਆ ਖੁੱਤੀ ਤੇ ਸੱਟ ਹੈਗੀ ਸੀ ਹੁੰਦੇ ਅਸੀਂ ਚੱਕਿਆ ਇਹ ਪਤਾ ਨਹੀਂ ਕੁਆੜੀ ਕੀ ਸਾਧਨ ਹੈ ਜਿਹੜੇ ਮੁੰਡੇ ਨਾਲ ਸੀਗੇ ਰਿਲੇਸ਼ਨ ਸੀਗੇ ਉਹ ਕੌਣ ਸੀਗਾ ਉਹ ਸੋਨਾ ਸਿੰਘ ਪਿੰਡ ਦਾ ਮੁੰਡਾ ਹਾਂ ਉਹ ਕੌਣ ਹੈ ਪਿੰਡ ਦਾ ਹੀ ਪਿੰਡ ਦਾ ਹੀ ਹੈ ਕੋਈ ਕਰੀਬੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਰੀਬੀ ਨਹੀਂ ਕਰੀਬੀ ਨਹੀਂ ਹੈ ਗਵਾਂਢ ਰਹਿੰਦੇ ਹੁਣ ਕੀ ਮੰਗ ਕਰਦੇ ਤੁਸੀਂ ਮੰਗ ਵਾ ਸਾਫ ਸਾਧ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਕਰਦੀ ਆ ਸਜ਼ਾ ਫੁੱਲ ਦਿੱਤੀ ਜਾਵੇ ਮੁਦਈ ਹੈ ਜੀ ਮਲਕੀਤ ਸਿੰਘ ਨੇ ਆਪਣੀ ਭਾਬੀ ਤੇ ਇਲਜ਼ਾਮ ਲਾਇਆ ਵੀ ਉਹਦੀ ਭਾਬੀ ਨੇ ਆਪਦੇ ਆਸ਼ਿਕ ਨਾਲ ਰਲ ਕੇ ਤੇ ਆਪਣੇ ਪਤੀ ਦਾ ਕਤਲ ਕੀਤਾ ਜਿਸ ਤੇ ਸਾਨੂੰ ਜਦੋਂ ਐਪਲੀਕੇਸ਼ਨ ਮਿਲੀ ਤਾਂ ਅਸੀਂ ਦੋਨਾਂ ਉਹਦੀ ਵਾਈਫ ਨੂੰ ਮ੍ਰਿਤਕ ਦੀ ਵਾਈਫ ਨੂੰ ਤੇ ਜਿਹਦੇ 'ਤੇ ਇਲਜ਼ਾਮ ਲਾਇਆ ਗਿਆ ਸੀ ਵਿਅਕਤੀ ਨੂੰ ਸੋਨਾ ਸਿੰਘ ਅਸੀਂ ਇਹਨਾਂ ਦੋਨਾਂ ਨੂੰ ਲਿਆ ਕੇ ਪੁੱਛਗਿੱਛ ਕੀਤੀ ਦੌਰਾਨੇ ਪੁੱਛਗਿੱਛ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਜਿਹਦੇ 'ਤੇ ਅਸੀਂ FIR ਨੰਬਰ 169 103-2 BNS ਦੇ ਤਹਿਤ ਮਾਮਲਾ ਦਰਜ ਕਰਕੇ ਕੋਈ ਜ਼ਹਿਰੀਲੀ ਚੀਜ਼ ਉਹਨੂੰ ਸ਼ਰਾਬ ਦੇ ਵਿੱਚ ਮਿਲਾ ਕੇ ਪਿਆ ਦਿੱਤੀ ਹਾਲੇ ਜਾਂਚ ਦਾ ਵਿਸ਼ਾ ਇਹਦੇ ਬਾਰੇ ਜ਼ਿਆਦਾ ਨਹੀਂ ਦੱਸ ਪਾਊਂਗਾ ਇਹ ਦੋਨੋਂ ਜਿਹੜਾ ਮ੍ਰਿਤਕ ਹੈ ਉਹਦੀ ਵਾਈਫ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਸੋਨਾ ਸਿੰਘ ਦੇ ਨਾਲ ਮਿਲ ਕੇ ਸ਼ਿਮਲਾ ਲਾਣੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗ੍ਰਿਫਤਾਰੀ ਹੋ ਗਈ ਹੈ ਜੀ ਅੱਜ ਕੋਰਟ 'ਚ ਪੇਸ਼ ਕਰਾਂਗੇ ਰਿਮਾਂਡ ਲਵਾਂਗੇ ਅਤੇ ਪਤਾ ਕਰਾਂਗੇ ਵੀ ਇਹਨਾਂ ਨੇ ਕਿੱਥੋਂ ਅਤੇ ਕਿਹੜੀ ਜ਼ਹਿਰੀਲੀ ਚੀਜ਼ ਪਾ ਕੇ ਕੋਈ ਹੋਰ ਸਾਥੀ ਤਾਂ ਨਹੀਂ ਹੈ ਜਿਹਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ 4 ਦਿਨ ਪੁਰਾਣੀ ਹੈ ਜੀ